ਵਾਲ ਕਟਵਾਉਣ ਦੇ ਲਈ ਗਿਆ ਸੀ ਨੌਜਵਾਨ, ਮਾਰ ਸੁੱਟਿਆ ਮਾਪਿਆਂ ਦਾ ਕੱਲਾ ਕਹਿਰਾ ਪੁੱਤ। ਵੇਖੋ ਕਿਵੇਂ ਧਾਹਾਂ ਮਾਰ ਰਿਹਾ ਪਰਿਵਾਰ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਦੀ ਖੇਤਾਂ ਦੇ ਵਿੱਚ ਲਾਸ਼ ਮਿਲਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪਰਿਵਾਰ ਪਹੁੰਚਦਾ ਹੈ ਅਤੇ ਧਾਹਾਂ ਮਾਰ ਮਾਰ ਕੇ ਰੋਂਦਾ। ਤਾਂ ਉਹਨਾਂ ਦੱਸਿਆ ਕਿ ਇਹ ਉਹਨਾਂ ਦਾ ਇੱਕ ਲੌਤਾ ਪੁੱਤ ਸੀ, ਜੋ ਕਿ ਕੱਲ੍ਹ ਦੁਪਹਿਰੇ ਵਾਲ ਕਟਵਾਉਣ ਦੇ ਲਈ ਕਹਿ ਕੇ ਗਿਆ ਸੀ, ਤਾਂ ਫਿਰ ਦੇਰ ਸ਼ਾਮ ਵਾਪਸ ਨਹੀਂ ਆਉਂਦਾ, ਜਿਸ ਤੋਂ ਬਾਅਦ ਹੁਣ ਇਸਦੀ ਖੇਤਾਂ ਦੇ ਵਿੱਚੋਂ ਲਾਸ਼ ਮਿਲੀ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਦੀ ਲਾਸ਼ ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ ਅਤੇ 18 ਸਾਲ ਦਾ ਨੌਜਵਾਨ ਸੀ, ਜਿਹੜਾ ਕਿ ਪਿੰਡ ਦੇ ਵਿੱਚ ਧੋਨੀ ਦੇ ਨਾਮ ਤੋਂ ਮਸ਼ਹੂਰ ਸੀ। ਤਾਂ ਵਾਲ ਕਟਵਾਉਣ ਦੇ ਲਈ ਘਰੋਂ ਜਾਂਦਾ ਹੈ ਤਾਂ ਫਿਰ ਵਾਪਸ ਮੁੜ ਕੇ ਨਹੀਂ ਆਉਂਦਾ, ਅਤੇ ਇਸ ਸੰਬੰਧੀ ਪਰਿਵਾਰ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਉਸਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਪੁਲਿਸ ਨੇ ਇਸ ਸੰਬੰਧੀ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਵੇਖ ਸਕਦੇ ਹੋ ਕੀ ਹਾਲ ਹੋਇਆ ਮਾਪਿਆਂ ਦਾ। ਉਹਨਾਂ ਕਿਹਾ ਕਿ ਉਹਨਾਂ ਦਾ ਇਕੱਲਾ ਕਹਿਰਾ ਪੁੱਤ ਸੀ ਅਤੇ ਕਿਸੇ ਨੇ ਮਾਰ ਕੇ ਸੁੱਟ ਦਿੱਤਾ, ਤਾਂ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਪਿੰਡ ਲੱਖੋਵਾਲ, ਨਾਮ ਮੇਰੇ ਵਾਰਸ ਸੀ। ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ। ਅਸੀਂ ਕੁਛ ਨਹੀਂ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ। ਆਹ ਕੱਲ੍ਹ 11 ਵਜੇ ਘਰੋਂ ਗਿਆ ਵਾ। ਹਾਂਜੀ, ਇਹਦਾ ਨਾਂ ਅਸਲ ਨਾਂ ਰਾਣਾ ਵਾ, ਉਹਦਾ ਬਹੁਤੇ ਧੋਨੀ ਕਹਿੰਦੇ ਆ। ਗੱਲਬਾਤ ਕਾਹਦੀ ਹੋਣੀ ਆ, ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ। ਕੱਲ 11 ਵਜੇ ਗਿਆ ਵਾ ਘਰੋਂ, ਕਹਿੰਦਾ ਮੈਂ ਦਾੜੀ ਕਰਾ ਵਾ। ਨਹੀਂ ਪਹੁੰਚਿਆ, ਫੋਨ ਵੀ ਬੰਦ ਆਉਂਦਾ ਰਿਹਾ ਵਾ। ਸ਼ੱਕ ਕਾਤੇ ਉਹ ਲੜਿਆ ਦਾ, ਹੋਰ ਕਾਹਦਾ ਸ਼ੱਕ ਆ। ਪੁਲਿਸ ਨਾ ਆਪਣੀ ਕਾਰਵਾਈ ਹੁਣ ਕਰਨ ਸਾਰੀ। ਹਾਂਜੀ, ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈਡ ਬੋਡੀ ਪਈ ਆ, ਤੇ ਅਸੀਂ ਮੌਕੇ ਤੇ ਆਏ ਆ। ਇਹਦੀ ਸ਼ਨਾਖਤ ਹੋਈ ਆ ਰਾਣਾ, ਪੁੱਤਰ ਵਾਰਸ ਸੀ, ਪਿੰਡ ਲੱਖੋਵਾਲ। ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲਿਆ ਹੌਸਪੀਟਲ, ਉੱਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊ। ਵਾਲ ਕਟਵਾਉਣ ਦੇ ਲਈ ਗਿਆ ਸੀ ਨੌਜਵਾਨ, ਮਾਰ ਸੁੱਟਿਆ ਮਾਪਿਆਂ ਦਾ ਕੱਲਾ ਕਹਿਰਾ ਪੁੱਤ। ਵੇਖੋ ਕਿਵੇਂ ਧਾਹਾਂ ਮਾਰ ਰਿਹਾ ਪਰਿਵਾਰ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਦੀ ਖੇਤਾਂ ਦੇ ਵਿੱਚ ਲਾਸ਼ ਮਿਲਦੀ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪਰਿਵਾਰ ਪਹੁੰਚਦਾ ਹੈ ਅਤੇ ਧਾਹਾਂ ਮਾਰ ਮਾਰ ਕੇ ਰੋਂਦਾ। ਤਾਂ ਉਹਨਾਂ ਦੱਸਿਆ ਕਿ ਇਹ ਉਹਨਾਂ ਦਾ ਇੱਕ ਲੌਤਾ ਪੁੱਤ ਸੀ, ਜੋ ਕਿ ਕੱਲ੍ਹ ਦੁਪਹਿਰੇ ਵਾਲ ਕਟਵਾਉਣ ਦੇ ਲਈ ਕਹਿ ਕੇ ਗਿਆ ਸੀ, ਤਾਂ ਫਿਰ ਦੇਰ ਸ਼ਾਮ ਵਾਪਸ ਨਹੀਂ ਆਉਂਦਾ, ਜਿਸ ਤੋਂ ਬਾਅਦ ਹੁਣ ਇਸਦੀ ਖੇਤਾਂ ਦੇ ਵਿੱਚੋਂ ਲਾਸ਼ ਮਿਲੀ ਹੈ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਦੀ ਲਾਸ਼ ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ ਅਤੇ 18 ਸਾਲ ਦਾ ਨੌਜਵਾਨ ਸੀ, ਜਿਹੜਾ ਕਿ ਪਿੰਡ ਦੇ ਵਿੱਚ ਧੋਨੀ ਦੇ ਨਾਮ ਤੋਂ ਮਸ਼ਹੂਰ ਸੀ। ਤਾਂ ਵਾਲ ਕਟਵਾਉਣ ਦੇ ਲਈ ਘਰੋਂ ਜਾਂਦਾ ਹੈ ਤਾਂ ਫਿਰ ਵਾਪਸ ਮੁੜ ਕੇ ਨਹੀਂ ਆਉਂਦਾ, ਅਤੇ ਇਸ ਸੰਬੰਧੀ ਪਰਿਵਾਰ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਉਸਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਗਿਆ। ਤਾਂ ਪੁਲਿਸ ਨੇ ਇਸ ਸੰਬੰਧੀ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਤਾਂ ਵੇਖ ਸਕਦੇ ਹੋ ਕੀ ਹਾਲ ਹੋਇਆ ਮਾਪਿਆਂ ਦਾ। ਉਹਨਾਂ ਕਿਹਾ ਕਿ ਉਹਨਾਂ ਦਾ ਇਕੱਲਾ ਕਹਿਰਾ ਪੁੱਤ ਸੀ ਅਤੇ ਕਿਸੇ ਨੇ ਮਾਰ ਕੇ ਸੁੱਟ ਦਿੱਤਾ, ਤਾਂ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਪਿੰਡ ਲੱਖੋਵਾਲ, ਨਾਮ ਮੇਰੇ ਵਾਰਸ ਸੀ। ਗੱਲਬਾਤ ਫੂਕੋ ਚੱਕ ਮੇਲੇ 'ਚ ਲੜਾਈ ਹੋਈ ਸੀ, ਉਦੋਂ ਵੀ ਇਹਦਾ ਸਿਰ ਸੁਰ ਪਾੜਿਆ ਸੀਗਾ। ਅਸੀਂ ਕੁਛ ਨਹੀਂ ਕੀਤਾ, ਹਸਪਤਾਲ ਦਾਖਲ ਕਰਾ ਆ ਗਿਆ। ਆਹ ਕੱਲ੍ਹ 11 ਵਜੇ ਘਰੋਂ ਗਿਆ ਵਾ। ਹਾਂਜੀ, ਇਹਦਾ ਨਾਂ ਅਸਲ ਨਾਂ ਰਾਣਾ ਵਾ, ਉਹਦਾ ਬਹੁਤੇ ਧੋਨੀ ਕਹਿੰਦੇ ਆ।
ਗੱਲ ਬਾਤ ਕਾਹਦੀ ਹੋਣੀ ਆ, ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ। ਕੱਲ 11 ਵਜੇ ਗਿਆ ਵਾ ਘਰੋਂ, ਕਹਿੰਦਾ ਮੈਂ ਦਾੜੀ ਕਰਾ ਵਾ। ਨਹੀਂ ਪਹੁੰਚਿਆ, ਫੋਨ ਵੀ ਬੰਦ ਆਉਂਦਾ ਰਿਹਾ ਵਾ। ਸ਼ੱਕ ਕਾਤੇ ਉਹ ਲੜਿਆ ਦਾ, ਹੋਰ ਕਾਹਦਾ ਸ਼ੱਕ ਆ। ਕੀ ਚਾਹੁੰਦੇ ਪੁਲਿਸ? ਇਹਨਾਂ ਆਪਣੀ ਕਾਰਵਾਈ ਹੁਣ ਕਰਨ ਸਾਰੀ। ਹਾਂਜੀ, ਇਹ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈਡ ਬੋਡੀ ਪਈ ਆ, ਤੇ ਅਸੀਂ ਮੌਕੇ ਤੇ ਆਏ ਆ। ਇਹਦੀ ਸ਼ਨਾਖਤ ਹੋਈ ਆ ਰਾਣਾ, ਪੁੱਤਰ ਵਾਰ ਸਿੰਘ ਸੀ, ਪਿੰਡ ਲੱਖੋਵਾਲ। ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲਿਆ ਹੌਸਪੀਟਲ, ਉੱਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊ।